Oh,
Bless you.
ਸਮਾਈ ਹੱਕ ਕੇ ਸਾਧ ਸੰਗਤ ਜੀ ਫਿਰ ਉਸਦਾ ਇਲਾਜ ਸਾਨੂੰ ਦੱਸਿਆ। ਸਾਨੂੰ ਹੁਕਮ ਕੀਤਾ ਹੈ ਸੇਵਾ ਦਾ, ਕਿਸੇ ਬਿਮਾਰੀ ਦਾ ਇਲਾਜ ਕਰਦਾ ਹੈ ਉਹ ਇੱਕ ਟੀਕਾ ਉਹ ਪੰਜ ਚਾਰ ਇਕੱਠੇ ਹੀ ਲਾ ਦਿੰਦਾ ਹੈ ਤੇ ਉਸਦੀ ਬਿਮਾਰੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਵੇਂ ਜਿਵੇਂ ਹੀ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਦੋ ਜੋ ਕਾਰਜ ਦੱਸੇ ਹਨ, ਇੱਕ ਸਿਮਰਨ ਦਾ ਤੇ ਦੂਜਾ ਸੇਵਾ ਦਾ। ਜੇ ਇਕੱਲੀ ਸੇਵਾ ਕਰ ਲਈ ਤਾਂ ਵੀ ਗੱਲ ਨਹੀਂ ਬਣਨੀ, ਇਕੱਲਾ ਸਿਮਰਨ ਕਰ ਲਿਆ। ਸੋ ਇਸੇ ਤਰ੍ਹਾਂ ਜੋ ਇਹ ਕਰਮ ਹੈ ਇਹ ਆਪਾਂ ਨੇ ਵਿਗੜੇ ਹਨ ਸਾਧ ਸੰਗਤ ਜੀ। ਮਹਾਰਾਜ ਜੀ ਫਰਮਾਉਂਦੇ ਹਨ ਮਨ ਵਾਲੀ ਤਰਸਾਣੀ ਕਰਨੀ ਸਮ ਪਾਣੀ ਬੀਜ ਬੋਣ ਵਾਸਤੇ ਸਾਨੂੰ ਉਦਮ ਉਪਾਲਾ ਕਰਨਾ ਚਾਹੀਦਾ ਹੈ। ਜਿਵੇਂ ਖੇਤ ਦੇ ਵਿੱਚ ਬੀਜ ਬੋਣ ਵਾਸਤੇ ਮਜ਼ਦੂਰ ਦੀ ਲੋੜ ਪਿਆ ਕਰਦੀ ਹੈ, ਉਵੇਂ ਜਿਵੇਂ ਹੀ ਇਸ ਦੇਹੀ ਦੇ ਵਿੱਚ ਬੀਜ ਬੋਣ ਵਾਸਤੇ ਜੋ ਮਜ਼ਦੂਰ ਹੈ ਕਿਸਾਨ ਹੈ। ਸਰਮ ਪਾਣੀ ਤਨ ਖੇਤ ਮਿਹਨਤ ਦਾ ਉਦਮ ਦਾ ਉਪਰਾਲੇ ਦਾ ਅੰਮ੍ਰਿਤ ਵੇਲੇ ਦਾ ਜੀਵਨ ਨਿਤਨੇਮ ਦੀ ਬਾਣੀ ਪੜ੍ਹਨੀ, ਸ਼ਰਮ ਕਰਨਾ ਪਾਲ ਕੇ ਉਦਮ ਕਰਨਾ, ਇਸ ਤਨ ਨੂੰ ਸ਼ਰਮ ਦਾ ਪਾਣੀ ਦੇਣਾ ਹੈ ਕਿ ਜੋ ਵੀ ਅਸੀਂ ਇਸਦੇ ਵਿੱਚ ਬੀਜ ਬੋਂਦੇ ਹਾਂ ਉਹ ਸਹੀ ਸਮੇਂ ਤੇ ਵਧੀਆ ਉੱਗੇ ਤੇ ਉਹ ਕਿਸਮ ਵੀ ਵਧੀਆ ਹੋਵੇ। ਨਾਮ ਬੀਜ ਸੰਤੋਖ ਸੁਹਾਗਾ। ਜਿਵੇਂ ਖੇਤ ਦੇ ਵਿੱਚ ਵਾਹੁਣ ਵਾਸਤੇ ਟਰੈਕਟਰ ਦੀ ਲੋੜ ਹੋਇਆ ਕਰਦੀ ਹੈ, ਸੁਹਾਗੇ ਦੀ ਲੋੜ ਹੋਇਆ ਕਰਦੀ ਹੈ, ਉਵੇਂ ਜਿਵੇਂ ਹੀ ਨਾਮ ਬੀਜ ਨਾਮ ਦਾ ਜੋ ਬੀਜ ਹੈ ਵਾਹਿਗੁਰੂ ਮੰਤਰ ਦਾ ਜੋ ਬੀਜ ਹੈ ਉਹ ਬੋਣਾ ਹੈ, ਸੰਤੋਖ ਰੱਖਣਾ ਹੈ, ਸੰਤੋਖੀ ਜੀਵਨ ਬਣਾਉਣਾ ਹੀ ਰੇਸ। ਭਾਵੇਂ ਅਸੀਂ ਕਿੰਨੇ ਵੀ ਗਿਆਨਵਾਨ ਕਿੰਨੇ ਵੀ ਮਾਇਆ ਧਾਰੀ ਵੱਡੇ ਵੱਡੇ ਪਰ ਸਾਧ ਸੰਗਤ ਜੀ ਇਸ ਮਨ ਨੂੰ ਗਰੀਬੀ ਦੇ ਵਿੱਚ ਲੈ ਕੇ ਆਉਣ, ਕਿਉਂਕਿ ਜੇ ਮਨ ਨੀਵਾ ਰਹੇਗਾ ਤਾਂ ਸਾਧ ਸੰਗਤ ਜੀ ਇਸ ਨੂੰ ਕਿਸੇ ਮੀਂਹ ਝੱਖੜ ਨੇ ਜਿਵੇਂ ਇੱਕ ਦਰਖਤ ਹੈ ਉੱਚੇ ਦਰਖਤ ਹੁੰਦੇ ਨੇ ਉਹ ਮੀਂਹ ਝੱਖੜ ਦੇ ਵਿੱਚ ਟੁੱਟ ਜਾਇਆ ਕਰਦੇ ਹਨ, ਧਾਲ ਜੋ ਛੋਟੇ ਦਰਖਤ ਹੁੰਦੇ ਨੇ ਉਹ ਰਹਿ ਜਾਇਆ ਕਰਦੇ ਹਨ। ਇਸੇ ਤਰ੍ਹਾਂ ਹੀ ਮਨ ਨੂੰ ਨੀਵਾ ਰੱਖਣਾ ਹੈ, ਇਸ ਤੇ ਭਾਵੇਂ ਕਾਮ ਦਾ ਝੱਖੜ ਆਵੇ ਭਾਵੇਂ ਅਹੰਕਾਰ ਦਾ ਆਵੇ ਲੋਭ ਦਾ ਮੋਹ ਦਾ ਆਵੇ ਇਹ ਬਚਿਆ ਰਹੇ। ਸੋ ਐਸਾ ਕਰਮ ਅਸੀਂ ਬੀਜਣਾ ਹੈ ਇਸ ਦੇਹੀ ਦੇ ਵਿੱਚ ਜੋ ਅੱਗੇ ਜਾ ਕੇ ਸਾਧ ਸੰਗਤ ਜੀ ਸਾਨੂੰ ਚੰਗਾ ਫਲ ਦੇਵੇ। ਬੜੀਆਂ ਉਦਾਹਰਨਾਂ ਕਰਮ ਬੀਜਣ ਦੀਆਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਉਦਾਹਰਨਾਂ ਦੇ ਦੇ ਕੇ ਸਮਝਾਇਆ, ਜਿਵੇਂ ਇੱਕ ਬੱਚੇ ਨੂੰ ਪਿਤਾ ਸਮਝਾਉਂਦਾ ਹੈ ਅਨੁਕੂਲ ਉਮਰ ਦੇ ਵਿੱਚ ਉਹਨੂੰ ਇਕੱਲੀਆਂ ਇਕੱਲੀਆਂ ਗੱਲਾਂ ਜਿਵੇਂ ਪਿਤਾ ਸਮਝਾਉਂਦਾ ਹੈ ਉਵੇਂ ਜਿਵੇਂ ਸਾਨੂੰ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਦੇ ਕਰਕੇ ਸਾਨੂੰ ਸਮਝਾਇਆ ਹੈ ਕਿ ਇਹ ਮੇਰੇ ਸਿੱਖ ਇਹ ਮੇਰੇ ਪਿਆਰੇ ਪੁੱਤਰ ਅਨੇਕਾਂ ਹੀ ਵਰਨ ਸਾਨੂੰ ਦਿੱਤੇ ਹਨ, ਅਨੇਕਾਂ ਹੀ ਨਾਵਾਂ ਨਾਲ ਸਾਨੂੰ ਸੰਬੋਧਨ ਕਰਿਆ ਹੈ, ਹੱਥਾਂ ਨਾਲ ਬੀਜਾਂਗੇ ਕੁਝ ਹੋਰ ਫਲ ਹੋਏਗਾ, ਜ਼ੁਬਾਨ ਨਾਲ ਬੀਜਾਂਗੇ ਕੁਝ ਹੋਰ ਫਲ ਹੋਏਗਾ, ਅੱਖਾਂ ਨਾਲ ਬੀਜਾਂਗੇ ਕੁਝ ਹੋਰ ਫਲ ਹੋਏਗਾ, ਪੈਰਾਂ ਨਾਲ ਬੀਜਾਂਗੇ ਕੁਝ ਹੋਰ ਫਲ ਹੋਏਗਾ। ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਕਰਮ ਬੀਜਣ ਦੀ ਜਦੋਂ ਗੱਲ ਤੁਰਦੀ ਹੈ ਤਾਂ
ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਅੰਦਰ ਸਦਾ ਪ੍ਰਸ਼ਾਸਨ ਹੈ ਮੱਥੇ ਵਾਲ ਦ੍ਰੋਪਦੀ ਆਦਿ ਸਾਧ ਸਿੰਘ ਜੀ ਦਰਬਾਰ ਲੱਗਾ ਹੈ ਕੌਰਵ ਪੰਜ ਵੱਡੇ ਵੱਡੇ ਯੋਧੇ ਬੈਠੇ ਹਨ ਤੇ ਇੱਕ ਤੋਂ ਇੱਕ ਯੋਧਾ ਇੱਕ ਤੋਂ ਇੱਕ ਸੂਰਮਾ ਵਾਪਰਿਆ ਕਿ ਪੰਜੇ ਪਾਂਡਵਾਂ ਨੇ ਜੂਆ ਖੇਡੀ ਜੂਆ ਖੇਡ ਕਰਕੇ ਉਸਦੇ ਵਿੱਚ ਆਪਣੀ ਸਾਰੀ ਸੰਪਤੀ ਰਾਜ ਪਾਲ ਜਦੋਂ ਦੁਰਯੋਧਨ ਨੇ ਦੁਰਸ਼ਾਸਨ ਨੂੰ ਹੁਕਮ ਕੀਤਾ ਕਿ ਮਹਿਲਾਂ ਦੇ ਵਿੱਚੋਂ ਦ੍ਰੋਪਦੀ ਨੂੰ ਖਿੱਚ ਕੇ ਲਿਆਓ ਉਸ ਸਮੇਂ ਦੁਰਸ਼ਾਸਨ ਨੇ ਅੰਦਰ ਸਭਾ ਪ੍ਰਸ਼ਾਸਨ ਹੈ ਮੱਥੇ ਵਾਲ ਦ੍ਰੋਪਦੀ ਮਾਨ ਹੁੰਦਾ ਸਾਧ ਸੰਗਤ ਜੀ ਪੰਜ ਮਾਨ ਪੰਜ ਆਸਰੇ ਗੁਰਮੁਖ ਦੇ ਤੇ ਇਸਤਰੀ ਦੇ ਮੰਨੇ ਹਨ ਕਹਿੰਦੇ ਪਹਿਲਾ ਜੋ ਆਸਰਾ ਹੁੰਦਾ ਹੈ ਉਹ ਦੂਸਰਾ ਪਿਤਾ ਜਾਂ ਪਤੀ ਹੋਇਆ ਕਰਦਾ ਹੈ ਤੇ ਚੌਥਾ ਤੀਸਰਾ ਜੋ ਹੈ ਉਹ ਰਾਜਾ ਤੇ ਚੌਥਾ ਪਰਮੇਸ਼ਰ ਪਹਿਲਾ ਮਾਨ ਕੀਤਾ ਕਿ ਮੈਂ ਦ੍ਰੋਪਦੀ ਪੰਜਾਂ ਦੀ ਮੈਂ ਘਰ ਵਾਲੀ ਮੈਨੂੰ ਕਿਸਨੇ ਹੱਥ ਬਣਾਇਆ ਪਰ ਫਿਰ ਵੀ ਅਨੁਸ਼ਾਸਨ ਨੇ ਗਾਲਾਂ ਤੋਂ ਫੜ ਕੇ ਘੜੀਸ ਲਿਆ ਸਭਾ ਦੇ ਵਿੱਚ ਲੈ ਆਇਆ ਦੁੱਤਾ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਗੁਰੂ ਸਾਹਿਬ ਨੇ ਭਾਈ ਗੁਰੂ ਸਾਹਿਬ ਗੁਰਦਾਸ ਜੀ ਨੇ ਦ੍ਰੋਪਦੀ ਦਾ ਨਾਂ ਲਿਆ ਸਾਧ ਸੰਗਤ ਜੀ ਪੰਚਾਲੀ ਪੰਚਾ ਆਲੀ ਭਾਵ ਪੰਜਾਂ ਦੀ ਘਰ ਵਾਲੀ ਜਦੋਂ ਸਾਧ ਸੰਗਤ ਜੀ ਲਿਆਏ ਨਾ ਸਭਾ ਦੇ ਵਿੱਚ ਆਪਣੇ ਪਤੀਆਂ ਦੇ ਵੱਲ ਤੱਕਿਆ ਪੰਜ ਬੈਠੇ ਨੇ ਹੁਣ ਜਿਸਦੇ ਪੰਜ ਪਤੀ ਹੋਣ ਤੇ ਸਾਧ ਸੰਗਤ ਜੀ ਉਸ ਨੂੰ ਭੜੇਸ ਕੇ ਲਿਆਉਣਾ ਬਹੁਤ ਸ਼ਰਮ ਵਾਲੀ ਗੱਲ ਹੈ ਦੇਖ ਰਹੇ ਨੇ ਪੰਜੇ ਨੂੰ ਸਾਧ ਸਿੰਘ ਜੀ ਦਇਆ ਦੀ ਅਧੀਨਗੀ ਦੀ ਨਿਗਾਹ ਨਾਲ ਦ੍ਰੋਪਦੀ ਨੇ ਵੇਖਿਆ ਨਾ ਤਾਂ ਪੰਜਾਂ ਨੇ ਧੋਵਾਂ ਨੀਵੀਆਂ ਕਰ ਲਈਆਂ ਦੇਖਿਆ ਕਿ ਮਾਨ ਟੁੱਟ ਗਿਆ ਪ੍ਰਾਪ ਪਤੀਆਂ ਦਾ ਜੋ ਮਾਨ ਸੀ ਉਹ ਜਾਂਦਾ ਰਿਹਾ ਫਿਰ ਤੱਕਿਆ ਰਾਜਾ ਤ੍ਰਿਕਰਾਸ਼ਟਰ ਉਹ ਰਾਜ ਤੇ ਬੈਠਾ ਉਸ ਵੱਲ ਵੇਖਿਆ ਉਹ ਪਹਿਲਾਂ ਹੀ ਅੰਨਾ ਉਸ ਤੋਂ ਵੀ ਕੋਈ ਆਸ ਨਾ ਇੱਥੇ ਬੈਠੇ ਨੇ ਕਿਸਮ ਪਿਤਾਮਾ ਐਸੇ ਯੋਧੇ ਜਿਨ੍ਹਾਂ ਨੇ ਆਪਣੇ ਗੁਰੂ ਤੱਕ ਨੂੰ ਵੀ ਹਰਾਇਆ ਉਹ ਵੀ ਸਾਧ ਸੰਗਤ ਜੀ ਮਾਂ ਨਾ ਫੜ ਸਕੇ ਉਹਦੇ ਅੱਗੇ ਦ੍ਰੋਣਾਚਾਰਿਆ ਗੁਰੂ ਬੈਠਾ ਉਹਨੇ ਵੀ ਤਾਂ ਨਹੀਂ ਕਰ ਲਈ ਗੁਰੂ ਨੇ ਨਾ ਨਾ ਫੜੀ ਅਸੀਂ ਬਹੁਤ ਪੈਸਾ ਬੇਨਤੀਆਂ ਕਰਦੇ ਗੁਰੂ ਸਾਹਿਬ ਕਈ ਵਾਰੀ ਸਾਡੇ ਮਨ ਨੂੰ ਵੀ ਲੱਗਦਾ ਹੈ ਕਿ ਵੀ ਸਾਡੇ ਵੀ ਗੁਰੂ ਮਾਂ ਨੇ ਫੜ ਲੱਗਦਾ ਹੈ ਗੁਰੂ ਤਾਂ ਪੂਰਾ ਹੈ ਪਰ ਸਿੱਖ ਪੂਰਾ ਨਹੀਂ ਸਾਡੀ ਅਰਦਾਸ ਦੇ ਵਿੱਚ ਸਾਡੀ ਬੇਨਤੀ ਦੇ ਵਿੱਚ ਸਾਡੀ ਸੇਵਾ ਦੇ ਵਿੱਚ ਸਾਡੀ ਅਧੀਨਗੀ ਦੇ ਵਿੱਚ ਕੁਝ ਕਮੀ ਹੋ ਸਕਦੀ ਹੈ ਪਰ ਗੁਰੂ ਵਿੱਚ ਕਮੀ ਨਹੀਂ ਪੂਰਾ ਨਾ ਹੋ ਸਕਿਆ ਘਰ ਆਏ ਠਾਕੁਰ ਬਿਨਾਂ ਪੈਲ ਰਹੀਮ ਬੋਲੀ ਸਰਨਾਮ ਜੀ ਸਾਧ ਸੰਗਤ ਜੀ ਉਸ ਤੋਂ ਬਾਅਦ ਘਰ ਆਏ ਨਾ ਤਾਂ ਕ੍ਰਿਸ਼ਨ ਮਹਾਰਾਜ ਜੀ ਮਿਲੇ ਤੇ ਸਾਹਮਣੇ ਖੜ ਕੇ ਸਿਰ ਨੀਵਾਂ ਕਰਕੇ ਖੜ ਗਈ
ਤੇ ਕ੍ਰਿਸ਼ਨ ਮਹਾਰਾਜ ਜੀ ਨੇ ਪੁੱਛਿਆ ਕਿ ਦ੍ਰੋਪਦਾ ਕੀ ਗੱਲ ਹੋ ਰਹੀ ਹੈ? ਕਹਿਣ ਲੱਗੇ ਤੂੰ ਦੇਖਿਆ ਨਾ ਕਿ ਦੋਸ਼ ਦੇ ਰਹੀ ਹੈ। ਤਾਂ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਦ੍ਰੋਪਦਾ ਨਾ ਤਾਂ ਮੈਂ ਤੇਰੀ ਪੈਰ ਰੱਖੀ ਹੈ ਤੇ ਨਾ ਮੈਂ ਤੇਰੀ ਬੇਇੱਜ਼ਤੀ ਕਰਾਈ ਹੈ। ਕਹਿੰਦੇ ਮਹਾਰਾਜ ਨੂੰ ਹੋਇਆ ਇਸ ਦੇਹੀ ਸਰੀਰ ਦੇ ਵਿੱਚ ਜਿਨ੍ਹਾਂ ਦਾ ਫਲ ਤੈਨੂੰ ਸਭਾ ਦੇ ਵਿੱਚ ਭੋਗਣਾ ਪਿਆ। ਕਹਿਣ ਲੱਗੇ ਮਹਾਰਾਜ ਜੀ ਮੈਨੂੰ ਸਮਝ ਨਹੀਂ ਕਰ ਦਿੰਦੇ ਜੋ ਅੱਜ ਦਿੰਦੇ ਹੈ ਸਾਧ ਸੰਗਤ ਜੀ ਉੱਥੇ ਦਿੱਲੀ ਦੇ ਵਿੱਚ ਪਾਂਡਵਾਂ ਨੇ ਇੱਕ ਰੰਗ ਮੰਚ ਮਹਿਲ ਬਣਾਇਆ। ਤਾਂ ਜਦੋਂ ਮਹਿਲ ਬਣਾਇਆ ਸਾਧ ਸੰਗਤ ਜੀ ਉਸ ਸਮੇਂ ਉੱਥੇ ਸਾਡੇ ਘਰਾਂ ਦੇ ਵਿੱਚ ਗੇਟ ਹੁੰਦੇ ਹਨ ਅੰਦਰ ਆਉਣ ਵਾਸਤੇ। ਉਸ ਮਹਿਲ ਦਾ ਜੋ ਗੇਟ ਸੀ ਦਿਖਦਾ ਤਾਂ ਗੇਟ ਸੀ ਪਰ ਉੱਥੇ ਕੰਧ ਸੀ, ਜਿੱਥੇ ਕੰਧ ਸੀ ਉੱਥੇ ਗੇਟ ਸੀ। ਨਜ਼ਾਰਾ ਸੀ ਉਹ ਇਸ ਤਰ੍ਹਾਂ ਦਾ ਸੀ ਜਿਵੇਂ ਰਸਤਾ ਹੈ ਬਣਾਇਆ, ਜਿਵੇਂ ਆਪਾਂ ਦਰਬਾਰ ਸਾਹਿਬ ਅੰਦਰ ਆਉਂਦੇ ਹਾਂ ਜਿੱਥੇ ਰਸਤਾ ਦਿਖਦਾ ਹੈ ਉੱਥੇ ਪਾਣੀ ਹੈ, ਜਿੱਥੇ ਪਾਣੀ ਦਿਸਦਾ ਹੈ ਉੱਥੇ ਰਸਤਾ ਹੈ। ਅੱਗੇ ਜਾਓ ਜਿੱਥੇ ਸਿੰਘਾਸਨ ਲੱਗੇ ਹੋਏ ਸੀ ਉੱਥੇ, ਜਿੱਥੇ ਸਿੰਘਾਸਨ ਲੱਗੇ ਨੇ ਉੱਥੇ ਵੱਡੇ ਵੱਡੇ ਟੋਏ ਨੇ, ਜਿੱਥੇ ਟੋਏ ਨੇ ਉੱਥੇ ਸਿੰਘਾਸਨ ਨੇ। ਤਾਂ ਸਾਧ ਸੰਗਤ ਜੀ ਦੁਰਯੋਧਨ ਦੁਰਸ਼ਾਸਨ ਦੇ ਸਾਰੇ ਆਏ। ਜਦੋਂ ਇਹਨਾਂ ਨੇ ਅੰਦਰ ਵੜਨ ਵਾਸਤੇ ਦਰਵਾਜੇ ਰਾਹੀਂ ਲੰਘਣ ਲੱਗੇ ਨਾ, ਇਹਨਾਂ ਦਾ ਕੰਨ ਤੇ ਸਿਰ ਵੱਜਿਆ। ਪਤਾ ਨਾ ਲੱਗਿਆ ਕਿ ਇੱਥੇ ਗੇਟ ਹੈ, ਜੋ ਦਰਬਾਰ ਸੀ ਉਹਨੇ ਵਾਹਾਂ ਤੋਂ ਫੜ ਫੜ ਕੇ ਅੰਦਰ ਭੇਜੀ। ਅੱਗੇ ਗਏ ਰਸਤੇ ਵਿੱਚ ਗਿਰ ਗਏ ਘੋੜੀਆਂ ਭੇਜੀਆਂ, ਕਿਤੇ ਸਿੰਘਾਸਨ ਲੱਗੇ ਹੋਏ ਸੀ ਉੱਥੇ ਬੈਠਣ ਲੱਗੇ ਟੋਇਆਂ ਚ। ਤਾਂ ਕਹਿੰਦੇ ਦ੍ਰੋਪਦਾ ਨੇ ਤਾਂ ਇਹ ਕੋਤਕ ਦੇਖਿਆ ਨਾ ਉੱਤੇ ਖੜੀ ਨੇ, ਤਾਂ ਤੈਂ ਇੱਕ ਆਪਣੀ ਜਵਾਬ ਦੇ ਨਾਲ ਬੀਜ ਹੋਇਆ। ਉਹ ਕੀ ਸੀ? ਕਹਿੰਦੇ ਅੰਨਿਆਂ ਦੇ ਅੰਨੇ ਜਾਣੇ। ਤੈਨੂੰ ਸਾਧ ਸੰਗਤ ਜੀ ਇਹ ਵੀ ਦਰਬਾਰ ਦੇ ਵਿੱਚ ਭੋਗਣਾ ਪਿਆ। ਅੱਜ ਫਿਰ ਮੇਰੀ ਪੱਤ ਜੋ ਰਹੀ ਹੈ, ਕਹਿੰਦੇ ਉਹ ਵੀ ਤੇਰਾ ਹੀ ਬੀਜ ਭੇਜਿਆ ਹੋਇਆ ਸਾ। ਤੂੰ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਈ, ਉਸ ਨਦੀ ਦੇ ਵਿੱਚ ਗਲ ਗਲ ਪਾਣੀ ਦੇ ਵਿੱਚ ਇੱਕ ਸਤਿਪੁਰਸ਼ ਗੁਰੂ ਦਾ ਪਿਆਰਾ ਤਪ ਕਰ ਰਿਹਾ ਸੀ। ਤੈ ਉਸ ਗੁਰੂ ਦੇ ਪਿਆਰੇ ਨੂੰ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਜੋ ਲਾਈ ਸੀ ਉਹ ਪਾਣੀ ਦੇ ਵਿੱਚ ਬਹਿ ਗਈ, ਕਿਰਪਾ ਕਰਕੇ ਮੈਨੂੰ ਕੋਈ ਵਸਤਰ ਦਿਓ, ਮੈਂ ਤਾਂ ਅੰਗੇਜ ਢੱਕ ਕੇ ਬਾਹਰ ਨਿਕਲਾਂ। ਕਹਿਣ ਲੱਗੇ ਉਸ ਸਮੇਂ ਦ੍ਰੋਪਦਾ ਤੇ ਆਪਣੇ ਸਾੜੀ ਦਾ ਪਾਲ ਕੇ ਕੱਪੜਾ ਉਸ ਮਨੀਸ਼ਰ ਨੂੰ ਉਸ ਗੁਰੂ ਦੇ ਪਿਆਰੇ ਨੂੰ ਦਿੱਤਾ। ਪਰ ਗੁਰਮੁਖ ਪਿਆਰਾ ਲਾ ਕੇ ਬਾਹਰ ਨਿਕਲਿਆ, ਇਹ ਦੂਜਾ ਕਰਮ ਸੀ। ਕੋਈ ਬੁੱਧ ਥਾਰ ਨਹੀਂ ਸੀ, ਕਪੀਨ ਮੰਤ ਭਾਵ ਇੱਕ ਨਗੇਜ ਢੱਕਣ ਵਾਸਤੇ ਕੱਪੜਾ ਦਿੱਤਾ। ਕਹਿੰਦੇ ਉਹ ਕੱਪੜੇ ਦੀਆਂ ਸਾੜੀਆਂ ਨਹੀਂ ਖਤਮ ਹੋਈਆਂ। ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਲ ਚੰਗਾ ਮਿਲੇ ਜੇ ਮਾੜਾ ਇਸ ਜਵਾਬ ਦੇ ਨਾਲ ਬੀਜਾਂਗੇ ਤਾਂ ਮਾੜਾ ਸਾਨੂੰ ਭੋਗਣਾ ਪਏਗਾ। ਕਰਮ ਲਿਖਾਏ ਮੰਡਲ ਮੈਂ ਹਾਏ। ਜਦੋਂ ਸਾਧ ਸੰਗਤ ਜੀ ਅਸੀਂ ਇੱਥੇ ਆਉਂਦੇ ਹਾਂ ਤਾਂ ਸਾਡੇ ਸਿਰ ਤੇ ਸਾਡੇ ਮੱਥੇ ਤੇ ਲੇਖ ਲਿਖਿਆ ਹੁੰਦਾ ਹੈ, ਉਹ ਭੋਗਣ ਵਾਸਤੇ ਅਸੀਂ ਇੱਥੇ ਆਉਂਦੇ ਹਾਂ। ਤੇ ਜਿਹੜੇ ਇੱਥੇ ਕਰਦੇ ਹਾਂ ਉਹੀ ਭੋਗ ਕੇ ਅਸੀਂ ਚਲੇ ਜਾਂਦੇ ਹਾਂ ਇੱਥੋਂ। ਫਿਰ ਇਵੇਂ ਜਿਵੇਂ ਲੁਧਿਆਣੇ ਦੇ ਕੋਲ ਨਾ ਕਿਸੇ ਪੁਰਸ਼ ਦੀ ਡੈਥ ਹੋ ਗਈ, ਭਾਅ ਚੜ੍ਹਾਈ ਕਰ ਗਿਆ, ਇਹ ਸਾਰੀ ਮਤਲਬ ਲਿਖੀ ਹੋਈ ਗੱਲ ਉੱਥੇ ਜੋ ਮੈਗਜ਼ੀਨ ਨਿਕਲਦੀ ਹੈ ਰਾਣਾ ਸਾਹਿਬ ਤੋਂ ਉਹਦੇ ਵਿੱਚ ਲਿਖੀ ਹੋਈ ਹੈ। ਉਸ ਜੋ ਜੀਵ ਸੀਗਾ ਉਸਨੇ ਆਪ ਆਪਣੇ ਮੁਖਾਰ ਬਿੰਦ ਭਾਵ ਲਿਖਵਾਈ ਹੈ। ਕਹਿੰਦੇ ਮੈਨੂੰ ਲੈ ਕੇ ਗਏ ਨਾ ਜਦੋਂ ਦਰਗਾਹ ਦੇ ਵਿੱਚ
ਬਹੁਤ ਕਟਾਈ ਕਰਦੇ ਆ ਤੇ ਮੇਰੀਆਂ ਚਿੰਕਾਂ ਨਿਕਲਦੀਆਂ। ਸਾਧ ਸੰਗਤ ਜੀ ਭਾਵ ਕਈਆਂ ਦਾ ਵਿਚਾਰ ਹੁੰਦਾ ਹੈ ਕਿ ਵੀ ਜਾਂਦੀ ਤਾਂ ਆਤਮਾ ਹੈ ਨਾ, ਸਰੀਰ ਤਾਂ ਇੱਥੇ ਹੁੰਦਾ ਜਾਂਦਾ ਹੈ, ਫਿਰ ਉਸਨੂੰ ਤਕਲੀਫ ਕਿਵੇਂ ਹੁੰਦੀ ਹੈ। ਸਾਧ ਸੰਗਤ ਜੋ ਆਤਮਾ ਹੈ ਨਾ ਸਾਡੀ, ਸੂਖਸ਼ਮ ਆਤਮਾ ਹੈ, ਇਸ ਤੇ ਜਦੋਂ ਮਾਰਿਆ ਜਾਂਦਾ ਨਾ ਸਾਨੂੰ ਓਨਾ ਹੀ ਦਰਦ ਹੁੰਦਾ ਹੈ ਜਿੰਨਾ ਸਾਡੇ ਸਰੀਰ ਨੂੰ ਹੁੰਦਾ ਹੈ। ਜਦੋਂ ਸਰੀਰ ਤੇ ਸੱਟ ਵੱਜਦੀ ਹੈ ਨਾ ਤਾਂ ਉਹ ਤਕਲੀਫ ਸਰੀਰ ਨੂੰ ਨਹੀਂ ਹੁੰਦੀ, ਜੋ ਸਾਡੇ ਅੰਦਰ ਆਤਮਾ ਹੈ ਨਾ ਉਸ ਨੂੰ ਹੁੰਦੀ ਹੈ। ਜੇ ਸਰੀਰ ਨੂੰ ਤਕਲੀਫ ਹੋਈ ਹੁੰਦੀ ਤਾਂ ਸਾਧ ਸੰਗਤ ਜੀ ਮਰੇ ਹੋਏ ਇਨਸਾਨ ਨੂੰ ਜਦੋਂ ਅਸੀਂ ਫੁੱਕਦੇ ਹਾਂ ਨਾ ਤਾਂ ਉਸਨੂੰ ਚੀਕਾਂ ਮਾਰਨੀਆਂ ਚਾਹੀਦੀਆਂ ਸੀ। ਇਹਦਾ ਮਤਲਬ ਇਹ ਹੈ ਕਿ ਜੋ ਸਾਡੀ ਆਤਮਾ ਹੈ ਉਸਨੂੰ ਤਕਲੀਫ ਹੁੰਦੀ ਹੈ। ਆਪ ਜੀ ਨੇ ਸੇਵਾਵਾਂ ਕੀਤੀਆਂ ਗੁਰੂ ਘਰ ਦੇ ਵਿੱਚ, ਸਭ ਦਾ ਟੋਟਾ ਟੋਟ ਸ਼ੁਕਰ ਹੈ, ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸੋ ਜਿਤਨਾ ਕੁ ਸਮਾਂ ਦਾਸ ਨੂੰ ਦੱਸਿਆ ਗਿਆ ਸੀ ਤਕਰੀਬਨ ਹੋ ਗਿਆ ਹੈ। ਹੋਈਆਂ ਬੋਲਦਿਆਂ ਵਿਚਾਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ। ਸੰਗਤ ਤੇ ਗੁਰੂ ਪਾਤਸ਼ਾਹ ਦਾ ਹੈ ਬਖਸ਼ ਲੈਣਾ, ਗੁਰਬਾਣੀ ਦਾ ਪਾਠ, ਕਥਾ ਵਿਚਾਰ ਦਾ ਪਾਠ, ਗੁਰੂ ਸਾਹਿਬ ਆਪ ਜੀ ਦੇ ਕਰਮ ਦੇ ਵਿੱਚ ਜੋੜਨ ਸੋਚਦੀਆਂ ਬੇਨਤੀਆਂ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਨੂੰ ਸੁਣਾ ਹੈ ਗੁਰਮਤਿ ਕਾ ਖਾਲਸਾ ਜੀ ਸਰਬੱਤ ਕਰੋ। ਕਰਦਾ ਮੈਂ ਸਭ ਕੁਝ ਕਰਦਾ ਹਾਂ।